मापियां नूं अपने बच्चियां दे नाल हदों वध प्यार हुंदा है, खुद दे नालों ज़्यादा वह बच्चियां दा ख्याल रखते ने। पर कुछ माँ बाप इहो जिहे कलयुग दे विच ने जिहड़े कि अपने ही बच्चियां दी जान लैण ते उहनां दी जिंदगी बर्बाद करन ते उतारू हुंदे ने। इत्थे एक मासूम बच्चे की गल नहीं हो रही, सगो एक जवान मुंडे की अते उसकी पत्नी की गल की जा रही है। दस दिए कि एक सहुरे दे वल्लों अपनी ही नूँह दे उपर तेजाब पान का दुखद मामला सामने आया, जिस दे विच उसने अपने मुंडे तक नू नहीं बख्शिया। नाम प्रवेश आ, मैं मेरा महल्ले लैण वाला। कल घट्टो घट चार दिन हो गए, बीती रात पहले ही साढ़े फादर साहब मेरे नाल लड़ाई लड़ूई करते रहे, नाले माता नाल भी करते रहे, पहले कुटमार करते रहे उन्हां नाल। मैं माता नू बचांदा रहा। मैं ऐतवार शाम घट्टो घट रात 9:30 बज गए सी। मैं आया जदों तो मैं आके मेरी घर दी मिसिज ने मेरा बूआ खोलिया, तो रात हो गई सी, सारे जने उत्ते सुते पे सी, तो मैं भी कोठे आन लगा। जदों तो जो मैं अंदर आया तो मेरे उत्ते मेरे फादर साहब ने तेजाब पाता, मेरे विच तो पाया बाद विच मेरी वाइफ दे विच उत्ते भी पाता। जदों जिहड़ा बचाण वास्ते आया उहदे उत्ते भी पाउण दी ने कोशिश कीती, पर इह कि बाद विच उन्होंने अपनी जान बचांदे होए भज गए। ते छोटा भी करदा आ, जेंसी च लगे हैगे आ, जे बच्चे ने कुछ कह देना, जे जनानी ने कुछ कह देना, यह थोड़ी तू बाहरों आके तलिया तरह जनानी ने कुट दे। बाहरों भी जे एस डी मॉडल स्कूल च लगा जी, उन्होंने फंड भी कढ़ा लिते, सारा कुछ जुए च हारदा आ, जो मर्जी करदा, घर दे कोई चीज नहीं इन्हें बचिया, सिलेंडर तक भांडे तक सारा कुछ इन्होंने बेच दिता जी। बीती रात जी अद्धा हुई, मेरा बच्चे गए हुए सी काम ते, सारी दिन की मैं सफाइया करती रही थले। जे तेजाब तेजाब तेरे घर हैगा सी ਤਾਂ ਮੈਨੂੰ ਉਸ ਟਾਈਮ ਵੀ ਮੈਨੂੰ ਘਰ ਪਤਾ, ਇਹਨੇ ਰੱਖਿਆ ਸੀ ਅਲਮਾਰੀ ਚ, ਅਲਮਾਰੀ ਚ ਕੀ ਕਹਿੰਦੇ ਰੱਖਿਆ ਸੀ। ਮੁੜ ਕੇ ਬਾਅਦ ਵੀ ਸਾਨੂੰ ਨਹੀਂ ਪਤਾ ਵੀ ਕਿੱਥੋਂ ਲੈ ਕੇ ਆਇਆ ਕਿੱਥੋਂ ਨਹੀਂ ਲੈ ਕੇ ਆਇਆ, ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਮੇਰਾ ਬੇਟਾ ਆਇਆ ਪੁੱਛਦਾ ਸੀ ਮੇਰੀ ਨੂੰਹ ਨੂੰ ਵੀ ਕੀ ਕਹਿੰਦੇ, ਇਹ ਬਰਫ਼ ਲੈਣ ਗਈ ਥੱਲੇ, ਕੀਮਤੀ ਆ ਜੀ ਮੇਰੇ ਨੂੰਹ ਦਾ ਨਾਂ, ਤੇ ਬਰਫ਼ ਲੈਣ ਗਈ ਆ। ਮੈਂ ਕੋਠੇ ਤੋਂ ਕਹੀ ਜਾਂਦੀ ਇਹਨੂੰ ਗਾਲੀਆਂ ਕੱਢੀ ਜਾਂਦਾ ਸੀ, ਨੂੰਹ ਧੀ ਨਹੀਂ ਬਰਦਾਸ਼ਤ ਕਰਦੀ। ਉਹ ਕਹਿੰਦੇ ਵੀ ਡੈਡੀ ਤੁਸੀਂ ਕਿਉਂ ਗਾਲੀਆਂ ਕੱਢੇ, ਕਿੱਥੋਂ ਕੱਢਦੇ ਹੈਗੇ, ਪਹਿਲਾਂ ਫਰਸ਼ ਦੇ ਥੱਲੇ ਅੱਧਾ ਹੀ ਲੇਟਿਆ ਹੋਇਆ ਜੀ। ਤਾਂ ਸਾਡੇ ਕੋਲ ਸਾਰੀ ਕੀ ਕਹਿੰਦੇ ਮੂਵੀ ਹੈਗੀ ਆ। ਹਾਂਜੀ ਦੋਨਾਂ ਦੇ ਪਾਇਆ ਜੀ, ਮਤਲਬ ਕੋਸ਼ਿਸ਼ ਕਰਦਾ ਜੀ ਸਾਡੇ ਸਾਰਿਆਂ ਦੇ ਪਾਉਣ ਦੀ, ਪਰ ਛੁਡਾਉਣ ਦੇ ਵੱਲੇ ਜ਼ਿਆਦਾ ਇਹਨਾਂ ਦੋਨਾਂ ਤੇ ਪਾਇਆ। ਮੇਰੇ ਨੂੰਹ ਦਾ ਗਲਾ ਵੀ ਫੜਿਆ, ਮੇਰੇ ਮੁੰਡੇ ਨੇ ਕਿਹਾ ਮੰਮੀ ਡੈਡੀ ਜੇ ਤੁਸੀਂ ਗਾਲੀ ਤੇਰੇ ਦਿਲ 'ਚ ਕੋਈ ਗੱਲ ਹੈਗੀ ਆ, ਬੂਹਾ ਖੜਕਾ ਕੇ ਗੱਲ ਕੀਤੀ, ਇਹਨੇ ਬੂਹਾ ਨਹੀਂ ਖੋਲਿਆ। ਜਦੋਂ ਉਸ ਟਾਈਮ ਇਹਨੇ ਤੇਜ਼ਾਬ ਦੀ ਕੂਈ ਕਹਿੰਦੇ ਬੂਹਾ ਖੋਲਿਆ ਨਾ, ਤਾਂ ਉਸ ਟਾਈਮ ਹੀ ਕੀ ਕਹਿੰਦੇ ਇਹਨੇ ਤੇਜ਼ਾਬ ਮੇਰੇ ਮੁੰਡੇ ਦੇ ਸਿਰ ਤੇ ਪਾ ਦਿੱਤਾ, ਮੂੰਹ ਤੇ, ਕੰਨ ਤੇ, ਅੱਖਾਂ ਤੇ, ਨਾਲ ਮੇਰੇ ਬੋਟੀ ਤੇ ਵੀ। ਹਾਂਜੀ ਜੀ, ਅਸੀਂ ਤਾਂ ਜ਼ਰੂਰ ਮੰਗ ਚਾਹੁੰਦੇ, ਸਾਨੂੰ ਇਨਸਾਫ ਚਾਹੀਦਾ, ਨਹੀਂ ਤਾਂ ਇਹਨੇ ਸਾਨੂੰ ਮਾਰ ਦੇਣਾ, ਕਿਉਂਕਿ ਇਹ ਤੇਜ਼ਾਬ ਬੰਦਾ। ਹਾਂਜੀ ਹਾਂਜੀ ਜੀ, ਇਹ ਕਾਫੀ ਆ ਦੇਖੋ ਮੇਰੇ ਜੀ ਟਾਂਕੇ ਲੱਗੇ ਆ, ਅੱਗੇ ਵੀ ਲੱਗੇ ਆ, ਅੱਗੇ ਪੁਲਿਸ ਵਾਲਿਆਂ ਨੂੰ ਵੀ ਪਤਾ ਵਾ ਵੀ ਮੈਂ ਮੌਕੇ ਤੇ ਸੇਵਾ, ਮੇਰੇ ਨੇਹਾ ਹਸਪਤਾਲ ਮੇਰੇ ਐਕਸਰੇ ਵੀ ਖਿੱਚੇ ਆ, ਸਾਰਾ ਕੁਛ ਮੇਰਾ ਹੋਇਆ, ਉਹ ਮੈਂ ਐਕਸਰੇ ਵੀ ਤੁਹਾਨੂੰ ਦਿਖਾ ਦੂੰਗੀ। ਮੇਰੇ ਗੋਡੇ ਤੇ ਵੀ ਪੱਟੀ ਬੰਨੀ ਹੋਈ ਆ ਜੀ, ਇਹ ਜਦੋਂ ਵੀ ਚੀਜ਼ਾਂ ਮਾਰਦਾ ਕਦੀ ਛੱਡਵੀਂ ਚੀਜ਼ਾਂ ਮਾਰਦਾ, ਮਤਲਬ ਮੇਰੇ ਬੱਚਿਆਂ ਨੂੰ ਪਰੇਸ਼ਾਨ ਕਰਦਾ, ਅਸੀਂ ਘਰੋਂ ਬਾਹਰ ਨਿਕਲ ਜਾਈਏ। ਬੇਹੱਦ ਹੀ ਦੁਖਦ ਖਬਰ ਸਾਹਮਣੇ ਆਈ ਹੈ, ਜਿਸ ਨੂੰ ਬਿਆਨ ਕਰਦੇ ਹੋਏ ਪਰਿਵਾਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ, ਅਤੇ ਉਹ ਦੱਸਦੇ ਨੇ ਕਿ ਬੀਤੇ ਕਈ ਸਾਲਾਂ ਤੋਂ ਉਹ ਕਿਹੋ ਜਿਹਾ ਨਰਕ ਭੋਗ ਰਹੇ ਨੇ। ਉਹਨਾਂ ਦਾ ਪਿਤਾ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਕਰਦਾ, ਕਿਸੇ ਵੀ ਗੱਲ ਨੂੰ ਲੈ ਕੇ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦਾ, ਅਤੇ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਬੀਤੀ ਰਾਤ ਨੂੰ ਅਤੇ ਉਸਦਾ ਪੁੱਤ ਘਰ ਆਉਂਦੇ ਨੇ ਅਤੇ ਉਹ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦਾ। ਲੜਾਈ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਉਹ ਦੋਹਾਂ ਦੀ ਜਾਨ ਲੈਣ 'ਤੇ ਉਤਾਰੂ ਹੋ ਜਾਂਦਾ। ਉਸਦੇ ਹੱਥ ਦੇ ਵਿੱਚ ਤੇਜ਼ਾਬ ਲੱਗਦਾ, ਤਾਂ ਉਸਨੇ ਤੇਜ਼ਾਬ ਦੀ ਹੀ ਬੋਤਲ ਆਪਣੀ ਨੂੰਹ ਅਤੇ ਪੁੱਤ ਦੇ ਉੱਪਰ ਸੁੱਟ ਦਿੱਤੀ। ਘਰ ਦੇ ਬਾਹਰ ਉਹ ਭੱਜਦੇ ਦਿਖਾਈ ਦਿੱਤੇ, ਜਿਸ ਨੂੰ ਲੈ ਕੇ CCTV ਵੀਡੀਓ ਸਾਹਮਣੇ ਆਈ ਹੈ। ਉਸਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਸਹੁਰਾ ਕਿਸ ਤਰ੍ਹਾਂ ਦੇ ਨਾਲ ਆਪਣੀ ਹੀ ਨੂੰਹ ਅਤੇ ਪੁੱਤ ਦਾ ਵੈਰੀ ਬਣਿਆ ਹੋਇਆ। ਮੰਦਭਾਗੀ ਖਬਰ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ, ਜਿੱਥੇ ਪਰਿਵਾਰਿਕ ਮੈਂਬਰਾਂ ਦਾ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਹੁਣ ਪਰਿਵਾਰ ਅਤੇ ਜੀ ਇੱਕ ਦੂਜੇ ਤੋਂ ਡਰਨ ਲੱਗ ਪਏ ਨੇ। ਮਾਮੂਲੀ ਗੱਲ ਨੂੰ ਲੈ ਕੇ ਹੋਏ ਪਰਿਵਾਰਿਕ ਝਗੜੇ ਤੋਂ ਬਾਅਦ ਪਿਤਾ ਦੇ ਵੱਲੋਂ ਆਪਣੇ ਪੁੱਤਰ ਪ੍ਰਵੇਸ਼ ਅਤੇ ਨੂੰਹ ਦੇ ਉੱਪਰ ਹਮਲਾ ਕੀਤਾ ਗਿਆ।
ਦੋਵੇਂ ਬੁਰੀ ਤਰ੍ਹਾਂ ਝੁਲਸੇ ਦੱਸੇ ਜਾ ਰਹੇ ਨੇ। ਇਸ ਹਮਲੇ ਦੇ ਨਾਲ ਲੜਕੇ ਪਰਵੇਸ਼ 'ਤੇ ਕਾਫੀ ਗਹਿਰਾ ਅਸਰ ਪਿਆ। ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ। ਦੱਸਦੇ ਕਿ ਪਰਵੇਸ਼ ਪੁੱਤਰ ਬਲਵਿੰਦਰ ਸਿੰਘ ਵਾਸੀ ਮਹੱਲਾ ਮਹਿਰੀਆਂ ਨੇ ਦੱਸਿਆ ਕਿ ਉਸਦਾ ਪਿਤਾ ਅਕਸਰ ਹੀ ਉਹਨਾਂ ਦੇ ਨਾਲ ਲੜਾਈ ਝਗੜਾ ਕਰਦਾ, ਸ਼ਰਾਬ ਪੀਣ ਦਾ ਆਦੀ ਹੈ। ਉਸ ਦੀ ਮਾਂ ਦੇ ਨਾਲ ਵੀ ਉਹ ਬਦਤਮੀਜ਼ੀ ਕਰਦਾ ਅਤੇ ਹੁਣ ਉਸਦੀ ਪਤਨੀ ਨੂੰ ਵੀ ਉਹ ਨਹੀਂ ਬਖਸ਼ਦਾ। ਬੀਤੀ ਰਾਤ ਵੀ ਜਦੋਂ ਉਹ ਘਰ ਵਾਪਸ ਆਏ ਤਾਂ ਉਹਨਾਂ ਦੇ ਪਿਤਾ ਨੇ ਮਾਤਾ ਅਤੇ ਨੂੰਹ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਤੱਕ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਹੀ ਪਿਤਾ ਤੋਂ ਖਤਰਾ ਬਣਿਆ ਹੋਇਆ। ਪ੍ਰਸ਼ਾਸਨ ਤੋਂ ਪਿਤਾ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਪਰਿਵਾਰ ਕਰ ਰਿਹਾ। ਪੂਰੀ ਘਟਨਾ ਦੀ CCTV ਵੀਡੀਓ ਸੋਸ਼ਲ ਮੀਡੀਆ ਦੇ ਨਾਲ ਨਾਲ ਉਹ ਪੁਲਿਸ ਤੋਂ ਵੀ ਦਿਖਾ ਚੁੱਕੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਆਪਣੀ ਜਾਨ ਬਚਾਉਣ ਦੇ ਲਈ ਗਲੀ ਦੇ ਵਿੱਚ ਭੱਜ ਰਹੇ ਸੀ, ਘਰ ਤੋਂ ਬਾਹਰ ਤੱਕ ਦੌੜੇ, ਪਰ ਫਿਰ ਵੀ ਉਹਨਾਂ ਦਾ ਪਿਤਾ ਗਾਲੀ ਗਲੋਚ ਕਰਦਾ ਰਿਹਾ ਅਤੇ ਉਹਨਾਂ ਦੀ ਜਾਨ ਲੈਣ 'ਤੇ ਉਤਾਰੂ ਰਿਹਾ। ਇਸ ਦੇ ਨਾਲ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਪੁੱਤ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਿਤਾ ਬਲਵਿੰਦਰ ਸਿੰਘ ਦੇ ਖਿਲਾਫ਼ ਕਈ ਤਰ੍ਹਾਂ ਤਹਿਤ ਮਾਮਲਾ ਦਰਜ ਕੀਤਾ, ਪਰ ਫਿਲਹਾਲ ਉਹ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।